ਬਾਬਾ ਜੀ ਕਾਮ ਟੀਵੀ ਦੇਖ ਰਹੀ ਸਾਰੀ ਸੰਗਤ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਹੁੰਚੇ ਹਾਂ ਮਾਨਸਾ ਸ਼ਹਿਰ ਭਿੱਖੀ ਦੇ ਵਿੱਚ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਦੇ ਵਿੱਚ ਇੱਥੇ ਵਿਰਸਾ ਸੰਭਾਲ ਗੁਰਮਤਿ ਪ੍ਰਚਾਰ ਸੁਸਾਇਟੀ ਦੁਆਰਾ ਜਿਹੜਾ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਿਹੜਾ ਸਲਾਨਾ ਚੇਤਨਾ ਮਾਰਚ ਕੱਢਿਆ ਜਾਂਦਾ ਇਸ ਵਾਰ ਵੀ ਸਲਾਨਾ ਮਾਰਚ ਦੀ ਜਿਹੜੀ ਸ਼ੁਰੂਆਤ ਹੋ ਰਹੀ ਹੈ ਉਸ ਤੋਂ ਬਾਅਦ ਅਸੀਂ ਉਸ ਜਿੱਤੀ ਇੱਥੇ ਵੀ ਆਪਣਾ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਨਗਰ ਕੀਰਤਨ ਜਾਏਗਾ ਅਸੀਂ ਨਾਲ ਨਾਲ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਅਤੇ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਖਾਲਸਾ ਜੀ ਸਾਹਿਬ ਬੋਲੋ ਜੀ ਸਤਿਗੁਰਾਂ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਬਣ ਸਕਿਆ ਦੇਖ ਚਲਾਈ ਤੇ ਗਵਾਹੀ ਦੇ ਸੁਣ ਕੇ ਅੰਤ ਕੀਤਾ ਜੀ ਤਿੰਨਾਂ ਪਿਆਰਿਆਂ ਤੇ ਪਿਆਰਿਆਂ ਦੀ ਪਵਿੱਤਰ ਨੇਕ ਕਮਾਈ ਦਾ ਧਿਆਨਤਰ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸਿੰਘ ਦਿੱਤੇ ਬੰਦ ਬੰਦ ਕਟਾਏ ਗੋਪਰ ਲਹਾਏ ਚਰਖੜੀਆਂ ਤੇ ਚੜ੍ਹੇ ਤਨ ਹਾਰਿਆਂ ਨਾਲ ਚੁਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਤਿੰਨਾਂ ਵਰਤਮਾਨ ਸਮੇਂ ਦੇ ਸਰਬੱਤ ਸ਼ਹੀਦ ਸਿੰਘ ਸਿੰਘਣੀਆਂ ਮਹਾਂਪੁਰਖਾਂ ਮਰਜੀ ਬੜੇ ਸਿੱਖਾਂ ਬੱਚਿਆਂ ਦੀ ਪਵਿੱਤਰ ਨੇਕ ਕਮਾਈ ਦਾ ਧਿਆਨ ਤਾਂ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤਰ ਗੁਰਦੁਆਰਾਂ ਦਾ ਧਿਆਨ ਤਾਂ ਖਾਲਸਾ ਜੀ ਸਾਹਿਬ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿੱਤੇ ਆਵੈ ਨਾਮ ਚਿੱਤੇ ਆਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਧਾਰ ਕਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਹੇ ਅਕਾਲ ਪੁਰਖ ਵਾਹਿਗੁਰੂ ਜੀ ਬਖਸ਼ੋ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਸਾਹੋ ਦਾਨ
ਭਰੋਸਾ ਦਾਨ ਦਾਨਾ ਸਰਦਾਰ ਨਾਮ ਦਾ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਪੁੰਗੇ ਜੁਗੋ ਜੁਗਾ ਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਇਹ ਅਕਾਲ ਪੁਰਖ ਵਾਹਿਗੁਰੂ ਜੀ ਆਪ ਜੀ ਕੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤੇ ਰੱਖੇ ਆਪ ਅਕਾਲ ਪੁਰਖ ਵਾਹਿਗੁਰੂ ਜੀ ਸ੍ਰੀ ਨਨਕਾਣਾ ਸਾਹਿਬ ਤੋਂ ਲੈ ਕਰ ਹੋਰ ਬੇਅੰਤ ਗੁਰਦੁਆਰੇ ਗੁਰਧਾਮ ਜਿਨ੍ਹਾਂ ਨੂੰ ਸਿੱਖ ਪੰਥ ਤੋਂ ਵਿਛੋੜਿਆ ਗਿਆ ਤਿੰਨਾਂ ਦੇ ਖੁੱਲ੍ਹੇ ਦਰਸ਼ਨ ਗੁਜ਼ਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਇਹ ਨਿਮਾਣਿਆਂ ਦੇ ਮਾਣ ਸਤਿਗੁਰੂ ਨਿਤਾਣਿਆਂ ਦੇ ਤਾਣ ਸਤਿਗੁਰੂ ਨਿਓਟਿਆਂ ਦੀ ਓਟ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਸਤਿਗੁਰੂ ਹਾਜ਼ਰ ਨਾਜ਼ਰ ਦਸਾਹੀ ਪਾਤਸ਼ਾਹੀਆਂ ਦੀ ਜੋਤ ਜੁਗੋ ਜੁਗ ਅਟਲ ਸ਼ਬਦ ਗੁਰੂ ਚਬਰ ਛਤਰ ਤਖਤ ਦੇ ਮਾਲਕ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਜੀਓ ਆਪ ਜੀ ਕੇ ਪਾਕ ਪਵਿੱਤਰ ਉੱਚੇ ਸੁੱਚੇ ਚਰਣਾ ਕਮਲਾਂ ਵਿਖੇ ਅਰਦਾਸ ਬੇਨਤੀ ਜੋਦੜੀ ਵੰਦਨਾ ਹੈ ਆਪ ਜੀ ਨੇ ਅਪਾਰ ਬਖਸ਼ਿਸ਼ ਰਹਿਮਤ ਨਜ਼ਰ ਕੀਤੀ ਸਮੂਹ ਸਿੱਖ ਸੰਗਤਾਂ ਦੇ ਸੀਸ 'ਤੇ ਮਿਹਰ ਭਰਿਆ ਹੱਥ ਰੱਖਿਆ ਵਿਰਸਾ ਸੰਭਾਲ ਗੁਰਮਤਿ ਪ੍ਰਚਾਰ ਸੁਸਾਇਟੀ ਨੂੰ ਸਮੂਹ ਸੰਗਤਾਂ ਨੂੰ ਅਹੁਦੇਦਾਰ ਮੈਂਬਰਾਂ ਨੂੰ ਪਾਤਸ਼ਾਹ ਜੀ ਉਹ ਉੱਤਮ ਉਪਰਾਲਾ ਬਖਸ਼ਿਸ਼ ਕੀਤਾ ਸਾਲਾਨਾ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਪਾਵਨ ਆਗਮਨ ਗੁਰਪੁਰਬ ਨੂੰ ਪਾਤਸ਼ਾਹ ਜੀ ਮੁੱਖ ਰੱਖਦੇ ਹੋਏ ਸਾਲਾਨਾ ਮਹਾਨ ਚੇਤਨਾ ਮਾਰਗ ਨਗਰ ਕੀਰਤਨ ਪਿਛਲੇ ਦਿਨਾਂ ਤੋਂ ਅੱਜ ਦਾ ਦਿਨ ਉਲੀਕਿਆ ਗਿਆ ਆਪ ਜੀ ਨੇ ਬਖਸ਼ਿਸ਼ ਕੀਤੀ ਹੈ ਇਸ ਸਮੇਂ ਮਹਾਨ ਚੇਤਨਾ ਮਾਰਗ ਨਗਰ ਕੀਰਤਨ ਦੀਆਂ ਸਾਰੀਆਂ ਹੀ ਤਿਆਰੀਆਂ ਹੋਈਆਂ ਹਨ ਸਤਿਗੁਰੂ ਜੀ ਆਪ ਜੀ ਕੇ ਪਾਵਨ ਚਰਨ ਪਾਲਕੀ ਸਾਹਿਬ ਵਿਖੇ ਪਾਤਸ਼ਾਹ ਜੀ ਉਹ ਪਏ ਹਨ ਆਪ ਜੀ ਦਾ ਕੋਟਾਨ ਕੋਟ ਸ਼ੁਕਰ ਹੈ ਦਾਦਾ ਜੀ ਆਪ ਜੀ ਕੇ ਚਰਨਾਂ ਵਿੱਚ ਪੰਜ ਪਿਆਰੇ ਸਿੰਘ ਸਾਹਿਬਾਨ ਆਪ ਜੀ ਕੇ ਇਸ ਮਹਾਨ ਨਗਰ ਕੀਰਤਨ ਦੀ ਅਗਵਾਈ ਕਰਨ ਦੇ ਲਈ ਸਮੂਹ ਸਿੱਖ ਸੰਗਤਾਂ ਆਪ ਜੀ ਕੇ ਚਰਨਾਂ ਵਿੱਚ ਅਰਦਾਸ ਬੇਨਤੀ ਜੋਦੜੀ ਕਰਦੇ ਹਨ ਕਰੋ ਕਿਰਪਾ ਆਪ ਜੀ ਇਸ ਮਹਾਨ ਨਗਰ ਕੀਰਤਨ ਨੂੰ ਪਾਤਸ਼ਾਹ ਜੀ ਉਹ ਚਾਲੇ ਪਾਉਣ ਦੀ ਆਗਿਆ ਬਖਸ਼ੋ ਆਰੰਭਤਾ ਬਖਸ਼ਿਸ਼ ਕਰੋ ਰਸਤੇ ਵਿੱਚ ਆਉਣ ਵਾਲੀਆਂ ਪਾਤਸ਼ਾਹ ਜੀ ਉਹ ਦੁੱਖਾਂ ਕਲੇਸਾਂ ਔਕੜਾਂ ਵਿਘਨਾਂ ਦਾ ਨਾਸ਼ ਕਰਨਾ ਭਜਨ ਬਾਣੀ ਸੁੱਖਾਂ ਦਾ ਪ੍ਰਤਾਪ ਬਖਸ਼ਿਸ਼ ਕਰਨਾ ਸਤਿਗੁਰੂ ਜੀ ਕਿਰਪਾ ਕਰਿਓ ਸਰਬੱਤ ਦੇ ਸੀਸ 'ਤੇ ਮਿਹਰ ਬਣਿਆ ਹੱਥ ਰੱਖਣਾ ਪਾਤਸ਼ਾਹ ਜੀ ਉਹ ਇਹਨਾਂ ਮਹਾਨ ਕਾਰਜਾਂ ਵਿੱਚ ਮਹਾਨ ਪਾਤਸ਼ਾਹ ਜੀ ਉਹ ਇਹਨਾਂ ਸਮਾਗਮਾਂ ਦੇ ਵਿੱਚ ਜਿਨ੍ਹਾਂ ਵੀ ਮਾਈ ਭਾਈ ਸਿੱਖ ਸੰਗਤਾਂ ਵੱਲੋਂ ਮਨ ਕਰਕੇ ਤਨ ਕਰਕੇ ਧਨ ਕਰਕੇ ਸੇਵਾਵਾਂ ਕੀਤੀਆਂ ਜਾ ਰਹੀਆਂ ਹਨ ਸਰਬੱਤ ਦੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ ਜੀ ਆਪ ਜੀ ਕੇ ਦਰ ਘਰ ਦੇ ਸੇਵਕ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਵੱਲੋਂ ਆਪਣੇ ਪਿਤਾ ਸਰਦਾਰ ਦਿਆਲ ਸਿੰਘ ਦੀ ਚੜ੍ਹਦੀ ਕਲਾ ਅਤੇ ਪਾਤਸ਼ਾਹ ਜੀ ਉਹ ਸਮੂਹ ਪਰਿਵਾਰ ਦੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕਰਵਾਉਂਦੇ ਹਨ ਆਪ ਜੀ ਕੇ ਦਰ ਘਰ ਦੇ ਸੇਵਕ ਭਾਈ ਮਨਿੰਦਰਪਾਲ ਸਿੰਘ ਜੀ USA ਤੋਂ ਇਹਨਾਂ ਦੇ ਘਰੋਂ ਬੀਬੀ ਹਰਪ੍ਰੀਤ ਕੌਰ ਅਤੇ ਬੇਟੀ ਹਰਸਹਿਜ ਕੌਰ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕਰਵਾਉਂਦੇ ਹਨ ਕਿਰਪਾ ਕਰਿਓ ਦਾਤਾ ਜੀ ਸੇਵਕਾਂ ਵੱਲੋਂ ਜੋ ਵੀ ਮਨਭਾਵਨਾਵਾਂ ਨੂੰ ਲੈ ਕੇ ਇਸ਼ਾਵਾਂ ਨੂੰ ਲੈ ਕੇ ਸੇਵਾਵਾਂ ਅਰਦਾਸਾਂ ਬੇਨਤੀਆਂ ਕੀਤੀਆਂ ਹਨ ਕਰਵਾਈਆਂ ਜਾ ਰਹੀਆਂ ਹਨ ਸਰਬੱਤ ਕੀਤੀਆਂ ਅਰਦਾਸਾਂ ਬੇਨਤੀਆਂ ਚਰਨਾਂ ਵਿੱਚ ਪ੍ਰਵਾਨ ਕਰਨੀਆਂ ਦੇ ਅਰੋਗਤਾ ਤੰਦਰੁਸਤੀ ਬਖਸ਼ਿਸ਼ ਕਰਨੀ ਜੀ ਆਪ ਜੀ ਕੇ ਦਰ ਘਰ ਦੇ ਅਨੰਨ ਸੇਵਕ ਬਾਬਾ ਕਰਨੈਲ ਸਿੰਘ ਜੀ USA ਤੋਂ ਉਹਨਾਂ ਵੱਲੋਂ ਵੀ ਸਤਿਗੁਰੂ ਜੀ ਚੜ੍ਹਦੀ ਕਲਾ ਕਾਰੋਬਾਰ ਦੀਆਂ ਪਾਤਸ਼ਾਹ ਜੀ ਉਹ ਤਰੱਕੀਆਂ ਵਾਸਤੇ ਅਰਦਾਸਾਂ ਬੇਨਤੀਆਂ ਸੰਗਤਾਂ ਤੋਂ ਕਰਵਾਈਆਂ ਜਾ ਰਹੀਆਂ ਹਨ ਕਿਰਪਾ ਕਰਨੀ ਸਤਿਗੁਰੂ ਭਾਈ ਕਰਨੈਲ ਸਿੰਘ ਜੀ ਨੂੰ ਦੇ ਅਰੋਗਤਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਤੰਦਰੁਸਤੀ ਬਖਸ਼ਿਸ਼ ਕਰਨੀ ਦੁੱਖਾਂ ਕਲੇਸਾਂ ਔਕੜਾਂ ਦਾ ਨਾਸ਼ ਕਰਨਾ ਜੀ ਆਪਣੇ ਗੁਰੂ ਗੁਰਸਿੱਖੀ ਨਾਮ ਬਾਣੀ ਸਿੱਖੀ ਸਿਰਫ ਧੋਤਾ ਬਖਸ਼ਿਸ਼ ਕਰਨਾ ਆਪ ਜੀ ਕੇ ਦਰ ਘਰ ਦੇ ਸੇਵਕ ਬਾਬਾ ਹਰਿੰਦਰ ਸਿੰਘ ਜੀ ਕਨੇਡਾ ਤੋਂ ਸਤਿਗੁਰੂ ਜੀ ਉਹਨਾਂ ਵੱਲੋਂ ਵੀ ਸਮੂਹ ਪਰਿਵਾਰ ਦੀ ਮਾਤਾ ਜੀ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਸਤਿਗੁਰੂ ਕਰਵਾਈ ਜਾ ਰਹੀ ਹੈ ਕਿਰਪਾ ਕਰਿਓ ਸਤਿਗੁਰੂ ਜੀ ਚੜ੍ਹਦੀ ਕਲਾ ਬਖਸ਼ਿਸ਼ ਕਰਿਓ ਸੀਸ 'ਤੇ ਮਿਹਰ ਭਰਿਆ ਹੱਥ ਰੱਖਣਾ ਪਾਤਸ਼ਾਹ ਜੀ ਉਹ ਸਰੀਰਕ ਤੁਰੰਤ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ ਅਤੇ ਪਾਤਸ਼ਾਹ ਜੀ ਉਹ ਹੋਰ ਬੇਅੰਤ ਸੇਵਕ ਆਪ ਜੀ ਬਿਨ ਬੋਲਿਆ ਸਭ ਕੁਛ ਜਾਣਦਾ ਤੁਸੀਂ ਆਗਿਆ ਕੀਤਾ ਅਰਦਾਸ ਅਤੇ ਪਾਤਸ਼ਾਹ ਜੀ ਆਪ ਜੀ ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਹੋ ਜੋ ਵੀ ਮਨ ਭਾਵਨਾਵਾਂ ਇਸ਼ਾਰਾ ਨੂੰ ਲੈ ਕਰ ਇਸ ਮਹਾਨ ਸਮਾਗਮ ਵਿੱਚ ਜਿਹਨਾਂ ਸੰਗਤਾਂ ਵੱਲੋਂ ਸੇਵਾਦਾਰਾਂ ਵੱਲੋਂ ਸੇਵਾਵਾਂ ਕੀਤੀਆਂ ਜਾ ਰਹੀਆਂ ਹਨ ਪ੍ਰਭਾਵ ਦੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਜੀ ਸੀਸ 'ਤੇ ਮਿਹਰ ਭਰਿਆ ਹੱਥ ਰੱਖਣਾ ਦੁੱਖਾਂ ਕਲੇਸਾਂ ਔਕੜਾਂ ਵਿਘਨਾਂ ਦਾ ਨਾਸ਼ ਕਰਨਾ ਭਜਨ ਬਾਣੀ ਸੁੱਖਾਂ ਦਾ ਪ੍ਰਤਾਪ ਬਖਸ਼ਿਸ਼ ਕਰਨਾ ਆਪ ਜੀ ਕੇ ਦਰ ਘਰ ਦੇ ਸੇਵਕ
ਬਾਬਾ ਭੋਲਾ ਸਿੰਘ ਜੀ ਝਾੜੋ ਉਹਨਾਂ ਨੂੰ ਵੀ ਤੰਦਰੁਸਤੀ ਬਖਸ਼ਿਸ਼ ਕਰਨੀ, ਦੇਹ ਰੋਗਤਾ ਬਖਸ਼ਿਸ਼ ਕਰਨੀ, ਇਸ ਮਹਾਨਗਰ ਕੀਰਤਨ ਵਿੱਚ ਹਾਜ਼ਰੀ ਲਗਾਉਣ ਦਾ ਉਪਰਾਲਾ ਬਖਸ਼ਿਸ਼ ਕਰਨਾ, ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ। ਕਰੋ ਕਿਰਪਾ ਆਪ ਜੀ ਸਰਬੱਤ ਸੰਗਤਾਂ ਨੂੰ ਚਾਲੇ ਪਾਉਣ ਦੀ ਆਗਿਆ ਬਖਸ਼ਿਸ਼ ਕਰੋ। ਰਸਤੇ ਵਿੱਚ ਪਾਤਸ਼ਾਹ ਜੀ ਉਹ ਆਪ ਜੀ ਨੇ ਸੰਗ ਸਹਾਈ ਹੋਣਾ, ਹੋਈਆਂ ਤਮਾਮ ਭੁੱਲਾਂ ਗਲਤੀਆਂ ਹੋਣ ਤਾਈਆਂ ਆਪ ਜੀ ਨੇ ਨਾ ਚਤਾਰਨੀਆਂ, ਆਪ ਸੰਗ ਪਿਤਾ ਹੋ। ਕਰੋ ਕਿਰਪਾ ਪਾਤਸ਼ਾਹ ਜੀ ਉਹ ਜੈਕਾਰਿਆਂ ਦੀ ਗੂੰਜ ਵਿੱਚ ਆਪ ਜੀ ਆਗਿਆ ਬਖਸ਼ੋ। ਸਹੀ ਪਿਆਰਿਆਂ ਦੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਕਾ ਨਾਮ ਕਿਤੇ ਆਵੇ ਜੀ, ਧੰਨ ਗੁਰੂ ਨਾਨਕ ਨਾਮ ਚੜ੍ਹਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸਾਹਿਬ ਨੇ ਜੋ ਮੈਨੇਜਰ ਸਾਹਿਬ ਨੇ ਸੰਗਤ ਵੱਲੋਂ ਜੋ ਪੰਜਾਬੀ ਗੁਰੂ ਸਾਹਿਬਾਨਾਂ ਦਾ ਸਨਮਾਨ ਸਤਿਕਾਰ ਦੇ ਕੇ ਮੁਲੇ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਹੈ ਪੰਚਾਂ ਨੂੰ, ਬੇਨਤੀ ਹੈ ਕਿ ਆਪਣੀ ਗੁਰਬਾਣੀ ਹੈ ਉਹ ਅਸਵਾਰ ਹੋਣ, ਉਸ ਤੋਂ ਬਾਅਦ ਆਪਾਂ ਚਾਲੇ ਪਾਈਏ। ਬਹੁਤ ਬਹੁਤ ਧੰਨਵਾਦ ਹੈ ਸਾਰੀ ਸੰਗਤ ਦਾ, ਜਿੰਨੇ ਵੀ ਬਲਵੰਤ ਸਿੰਘ ਰੋਹਲ ਕੁਮਾਰ ਜੀ ਪ੍ਰਧਾਨ ਹਨ, ਜੋ ਨਗਰ ਪੰਚਾਇਤ ਦੇ ਪਹੁੰਚੇ ਨੇ, ਉਹਨਾਂ ਸਾਰਿਆਂ ਦਾ ਸਰਦਾਰ ਕਿਸ਼ਨ ਸਿੰਘ ਜੀ ਪ੍ਰਧਾਨ ਸੇਵਾ।
गुरद्वारा श्री पातशाह जी नौवीं तो चल के हम नगर कीर्तन जो अपने पहले पड़ा पिंड समाओ विखे पहुँच चुके इतने थोड़ी देर लिए रोकया जाऊगा। कृपा करके अपनी जिम्मेवारी समझते हुए अपना प्रोग्राम समझते हुए इस जिम्मेवारी निभा लियो। किसी भी तरह की कोई सानू दिक्कत ना आए, जिमें हर साल की तरह अभी बड़े वधिया तरीके सुखाले जे ढंग तरीके प्रोग्राम करते हैं। कृपा करके सारी संगत ते नाल व्हीकल जिहड़े चला रहे हैं ड्राइवर साहबान वो भी आप अपने वधिया सूझबूझ तरीके भाई चलियो, ना तो तुहानू दिक्कत आए ना किसी होर
सारी संगत का।
ਸਾਹਿਬ ਸੰਭਾਲ ਗੁਰਮਤਿ ਪ੍ਰਚਾਰ ਸੁਸਾਇਟੀ ਵੱਲੋਂ ਜਿਹੜਾ ਸਾਲਾਨਾ ਚੇਤਨਾ ਮਾਰਚ ਕੱਢਿਆ ਹੈ, ਕੀ ਕਹਿਣਾ ਚਾਹੁੰਦੇ? ਬਹੁਤ ਉੱਤਮ ਕਰਮ ਹੈ ਜੀ, ਬਹੁਤ ਵੱਡਾ। ਇਹ ਤਾਂ ਹਰ ਇੱਕ ਥਾਂ ਤੋਂ ਆਉਣਾ ਚਾਹੀਦਾ ਜੀ। ਸਾਡੇ ਬੱਚੇ ਵੇਖੋ ਵਿਰਸਾ ਸਾਡਾ ਕੀ ਹੈ, ਇਹ ਤਾਂ ਕੰਮ ਖਤਮ ਹੋ ਹੀ ਗਿਆ। ਧੰਨਵਾਦ ਆ ਜਿਹੜਾ ਬੰਦਾ ਇਹਨਾਂ ਨੂੰ ਹਲੇ ਲਈ ਜਾਂਦਾ। ਬਹੁਤ ਜਿਹੜੇ ਮੁਕਾਬਲੇ ਕਰਵਾਉਂਦੇ ਨੇ ਗੁਰਬਾਣੀ ਕੰਠ ਦੇ ਮੁਕਾਬਲੇ, ਵੱਡੇ ਵੱਡੇ ਮੁਕਾਬਲੇ ਕਰਵਾਉਂਦੇ, ਉਹਨੂੰ ਤੁਸੀਂ ਕਿਵੇਂ? ਬਹੁਤ ਚੰਗਾ ਜੀ, ਬਹੁਤ ਚੰਗਾ। ਕੀ ਸੰਗਤਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਕਿ ਇਹਨਾਂ ਵਾਸਤੇ ਜਿਹੜੇ ਇੰਨੇ ਉਪਰਾਲੇ ਕਰਵਾਉਂਦੇ? ਵੀ ਵੇਖੋ ਜੀ, ਮੈਂ ਤਾਂ ਇਹ ਕਹਿੰਦਾ ਵੀ ਪਹਿਲੀ ਗੱਲ ਤਾਂ ਇੱਕ ਹੈ, ਇੱਥੇ ਕੋਈ ਲੁਕੋ ਲੁਕੋ ਵਾਲੀ ਗੱਲ ਨਹੀਂ। ਪਹਿਲੀ ਤਾਂ ਇਹਨਾਂ ਦੀ ਆਰਥਿਕ ਮਦਦ ਹੋਣੀ ਚਾਹੀਦੀ ਵਿਚਾਰਿਆਂ ਦੀ, ਪਹਿਲੀ ਗੱਲ। ਅਤੇ ਦੂਜਾ ਇਹਨਾਂ ਨਾਲ ਜੁੜਨਾ ਚਾਹੀਦਾ, ਆਪਣੇ ਬੱਚਿਆਂ ਨੂੰ ਜੋੜਨਾ ਚਾਹੀਦਾ, ਨਗਰ ਨੂੰ ਜੋੜਨਾ ਚਾਹੀਦਾ ਹੈ ਜੀ। ਅਤੇ ਅਸੀਂ ਜੇ ਆਪਾਂ ਹੁਣ ਕਹਿ ਦਈਏ ਵੀ ਇਕੱਲਾ ਗ੍ਰੰਥੀ 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 ਗੱਲ ਕਹਿੰਦਾ, ਅਗਲਾ ਚਾਰ ਕਹਿੰਦਾ, ਹੈ ਨਾ, ਪਰ ਫਿਰ ਵੀ ਕੋਈ ਨਹੀਂ, ਡਟ ਕੇ ਕਰੋ ਕੋਈ ਨਹੀਂ। ਜਿਵੇਂ ਜਿਹੜਾ ਕਿਸਾਨੀ ਸੰਘਰਸ਼ ਚੱਲ ਰਿਹਾ ਜੀ, ਉਹਨੂੰ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ? ਉਹਦੇ ਬਾਰੇ ਤਾਂ ਜੀ ਕਿਸਾਨਾਂ ਦਾ ਧੱਕਾ ਹੈ ਨਾ। ਅਤੇ ਇਹ ਤਾਂ ਮੈਂ ਤਾਂ ਇਹ ਵੀ ਕਹੂੰਗਾ ਵੀ ਜੇ ਕਾਸ਼ ਜੇ ਉਸ ਵੇਲੇ ਅਸੀਂ ਮਦਦ ਕੀਤੀ ਹੁੰਦੀ ਲੋਕਾਂ ਨੇ, ਅਤੇ ਆਹ ਦਿਨ ਨਾਲ ਵਿਖੜੇ ਪੈਂਦੇ। ਉਹੀ ਮਤਾ ਉਹ ਜਿਹੜਾ ਸਿੰਘਾਂ ਨੇ ਕਿਹਾ ਸੀ ਵੀ ਸਾਨੂੰ ਅਸੀਂ ਖੁਦ ਮੁਖਤਿਆਰੀ ਹੈ, ਤਾਂ ਉਹੀ ਉਹ, ਅਤੇ ਹੁਣ ਕਿਸੇ ਹੋਰ ਢੰਗ ਨਾਲ ਹੈ ਹੋਈ ਉਹ। ਪਰ ਹੁਣ ਚੇਤੇ ਕਰਦੇ ਲੋਕ, ਕਿਸਾਨ ਯੂਨੀਅਨ ਜਿੱਥੇ ਬੈਠੇ ਲੋਕ, ਉੱਥੇ ਹਰੇਕ ਲੋਕ ਵੀ ਯਾਰ ਆਪਾਂ ਉਦੋਂ ਕਿਤੇ ਜੇ ਥੋੜ੍ਹਾ ਹੋਰ ਕਰ ਲੈਂਦੇ ਆਪਾਂ ਜਿੱਤ ਲੈਂਦੇ ਮੋਰਚਾ, ਹੈ ਨਾ। ਆਪਾਂ ਅੱਡ ਨਹੀਂ ਹੋਣਾ ਚਾਹੁੰਦੇ, ਤਾਂ ਵੀ ਕਿਸੇ ਨੇ ਦਾਤੀ ਗੱਲ ਅੱਡ ਅੱਡ ਤਾਂ ਕੋਈ ਵੀ ਨਹੀਂ। ਮਹਾਂਪੁਰਖ ਕਹਿੰਦੇ ਸੰਤ ਬਾਬਾ ਜਨਰਲ ਸਿੰਘ ਭਿੰਡਰ ਵਾਲੇ, ਅਸੀਂ ਤਾਂ ਨਾਲ ਰਹਿਣਾ ਚਾਹੁੰਦੇ ਹਾਂ, ਪਰ ਜਰ ਕਿਸਾਨ ਔਖਾ ਹੈ। ਵਿਰਸਾ ਸੰਭਾਲ ਆਪਣੀ ਸੁਸਾਇਟੀ ਹੈ, ਇਹਨਾਂ ਨੇ ਵੀ ਫੈਸਲਾ ਕੀਤਾ ਕਿਸਾਨਾਂ ਦੇ ਹੱਕ ਵਿੱਚ ਅੱਗੇ ਆਉਂਦੇ, ਤੁਸੀਂ ਇਸ ਨੂੰ ਕਿਵੇਂ ਦੇਖਦੇ? ਬਹੁਤ ਚੰਗਾ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਇਹੀ ਕਹਿੰਦੇ ਨੇ, ਹੱਕ ਪਰਾਇਆ ਨਾਨਕਾ ਉਸ ਸੂਰ ਸੁਗਾਏ। ਆਪਾਂ ਹੱਕ ਦੀ ਰਾਖੀ ਕਰਨੀ ਆ। ਕੋਈ ਵੀ ਬੰਦਾ ਇੱਥੇ ਕਿਸਾਨ ਆ, ਇੱਥੇ ਗਰੀਬ ਆ, ਬਜ਼ੁਰਗ, ਹੱਕ ਦੇ ਨਾਲ ਆਪਣਾ ਫਰਜ਼ ਬਣਦਾ। ਗੁਰੂ ਨੇ ਸਾਨੂੰ ਸਿਖਾਇਆ ਇਹ ਹੈ ਕਿ ਉਹ ਜਿੱਥੇ ਅਣਹੱਕੀ ਗੱਲ ਚੱਲਦੀ ਸੀ, ਗੁਰੂ ਨੇ ਉੱਥੇ ਜਾ ਕੇ ਮੋਰਚੇ ਲਾਏ ਨੇ। ਵੇਖੋ ਕਿਤੋਂ ਲਾ ਲਓ ਚਾਹੇ ਤੁਸੀਂ, ਇਹ ਚੀਜ਼ ਆ ਵੀ ਅਸੀਂ ਧੰਨਵਾਦ ਜੀ, ਸਤਿਕਾਰ ਕਰਦੇ ਹਾਂ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਹੈ ਸਮੂਹ ਰੱਲਾ ਪਿੰਡ ਦੀ ਸੰਗਤ ਦਾ, ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਗੁਰਦੁਆਰਾ ਸਾਹਿਬ ਦੇ ਹੈੱਡ ਗਵਰਨਰ ਸਿੰਘ ਸਾਹਿਬ ਜੀ, ਜਿਨ੍ਹਾਂ ਨੇ ਆਈ ਸੰਗਤ ਦਾ ਬੜਾ ਮਾਣ ਅਤੇ ਸਤਿਕਾਰ ਕੀਤਾ, ਸਾਰੀ ਸੰਗਤ ਦਾ ਧੰਨਵਾਦ। ਮੈਂ ਬੇਨਤੀ ਕਰੂੰਗਾ ਕਿ ਆਪਾਂ ਨੇ ਜੋ ਪਾਰਕ ਬਣਿਆ, ਪਾਰਕ ਦੇ ਉੱਪਰ ਦੀ ਗੱਡੀਆਂ ਘੁਮਾ ਕੇ ਵਾਪਸ ਵੀ ਚਾਲੇ ਪਾਉਣੇ ਆ, ਕਿਉਂਕਿ ਗੁਰਦੁਆਰਾ ਸਾਹਿਬ ਵਿਖੇ ਸਕਲ ਕੱਟੀ ਹੁੰਦੀ ਹੈ, ਤਾਂ ਇੱਥੇ ਆਪਣਾ ਹੱਥ ਵੰਡਦਾ ਸੀ। ਇਸ ਕਰਕੇ ਬੜੇ ਖਿਆਲ ਦੇ ਨਾਲ ਸਾਰੀਆਂ ਸੰਗਤਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਜਿਹੜੀਆਂ ਸੰਗਤਾਂ ਕਰ ਰਹੀਆਂ ਨੇ, ਇਹ ਸਾਨੂੰ ਖੁਸ਼ੀ ਹੈ। ਆਪਾਂ ਆਪਣਾ ਖਿਆਲ ਰੱਖਣਾ, ਨਾਲ ਚਾਹ ਪਾਣੀ ਦੀ ਸੇਵਾ ਜਿਹੜੀ ਨਾਲ ਜਿਹੜੀ ਚਾਹ ਪਾਣੀ ਦੀ ਸੇਵਾ ਹੈ ਉਹ ਵੀ ਪ੍ਰਵਾਨ ਕਰਨੀ ਹੈ, ਸੰਗਤਾਂ ਦੇ ਕਾਰਨ ਚੜ੍ਹਨੀ ਹੈ। ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤ ਵੱਲੋਂ ਬੇਨਤੀ ਹੈ ਕਿ ਭਾਈ ਚਾਹ ਪਾਣੀ ਸਾਰੀ ਸੰਗਤ ਛਕਿਓ, ਤੇ ਇਹ ਤੋਂ ਆਪਾਂ ਨੇ ਜਾਲੇ ਪਾਉਣੇ ਹੈ।
ਜਿਹੜਾ ਵਿਰਸਾ ਸੰਭਾਲ ਗੁਰਮਤ ਪ੍ਰਚਾਰ ਸੁਸਾਇਟੀ ਦੁਆਰਾ ਇਹ ਉਪਰਾਲਾ ਕੀਤਾ ਗਿਆ, ਤੁਸੀਂ ਕਿਵੇਂ ਦੇਖਦੇ ਇਹ? ਵੀਰਤਾ ਜੋ ਕਿ ਹਰ ਸਾਲ ਦੀ ਤਰ੍ਹਾਂ ਵੀਰ ਹਰਜਿੰਦਰ ਸਿੰਘ ਗਿਆਨੀ ਦਾ ਹਰ ਸਾਲ ਇਹ ਵਿਰਸਾ ਸੰਭਾਲ ਸੁਸਾਇਟੀ ਵੱਲੋਂ ਬਹੁਤ ਵਧੀਆ ਕਦਮ ਚੱਕੇ ਜਾ ਰਹੇ ਨੇ। ਹਰ ਸਾਲ ਦੀ ਤਰ੍ਹਾਂ ਸਾਡੇ ਨਗਰ ਵਿੱਚ ਆਉਂਦੇ ਆ, ਸਾਡੇ ਆਉਣ ਦੇ ਨਗਰ ਦੇ ਵਿੱਚ ਇਹਨਾਂ ਨੂੰ ਜੀ ਆਇਆਂ ਆਖਿਆ ਜਾਂਦਾ ਹੈ। ਸਾਡੇ ਪਿੰਡ ਦੀ ਸੰਗਤ ਵੱਲੋਂ ਲੰਗਰ ਲਾਇਆ ਗਿਆ ਹੈ, ਸਾਡੇ ਨਗਰ ਨੂੰ ਬਹੁਤ ਖੁਸ਼ੀ ਆ, ਗੁਰੂ ਮਹਾਰਾਜ ਜੀ ਸਾਡੇ ਨਗਰ ਵਿੱਚ ਪਹੁੰਚੇ ਹਨ। ਇਸ ਤੋਂ ਬਿਨਾਂ ਹੋਰ ਵੀ ਬਹੁਤ ਸਾਰੇ ਉਪਰਾਲੇ ਕਰਾਉਂਦੇ, ਜਿਵੇਂ ਕਿ ਗੁਰਬਾਣੀ ਕੰਠ ਦੇ ਮੁਕਾਬਲੇ ਕਰਾਉਂਦੇ, ਬਹੁਤ ਸਾਰੇ ਜਿਹੜੇ ਸਿੱਖੀ ਦੇ ਪ੍ਰਚਾਰ ਵਾਸਤੇ ਪ੍ਰੋਗਰਾਮ ਕਰਦੇ ਆ, ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ? ਬਹੁਤ ਵਧੀਆ ਪ੍ਰੋਗਰਾਮ ਕਰਦੇ ਨੇ ਹਰ ਸਾਲ ਵੀਰ ਜੀ, ਮੋਟਰਸਾਈਕਲ ਦਿੰਦੇ ਨੇ ਬੱਚਿਆਂ ਨੂੰ, ਹੌਸਲਾ ਭਜਾਈ ਕਰਦੇ ਨੇ, ਬੱਚੇ ਗੁਰੂ ਸਿੱਖੀ ਨਾਲ ਜੋੜ ਰਹੇ ਹਨ, ਬਹੁਤ ਵਧੀਆ ਉਪਰਾਲਾ ਕਰਦੇ ਨੇ ਵੀਰ ਜੀ ਹਰ ਸਾਲ। ਇਹਨਾਂ ਦੇ ਯਤਨਾਂ ਨੂੰ ਲੈ ਕੇ ਤੁਸੀਂ ਸੰਗਤ ਨੂੰ ਕੀ ਅਪੀਲ ਕਰਨਾ ਚਾਹੁੰਦੇ? ਅਸੀਂ ਸੰਗਤ ਨੂੰ ਬੇਨਤੀ ਕਰਦੇ ਹਾਂ ਵੱਧ ਤੋਂ ਵੱਧ ਇਹਨਾਂ ਦਾ ਸਹਿਯੋਗ ਦੇਣਾ ਚਾਹੀਦਾ। ਕੋਈ ਵੀ ਗੁਰੂ ਮਹਾਰਾਜ ਦੇ ਲੜਨ ਲਾਉਂਦਾ ਗਾ, ਬੱਚਿਆਂ ਨੂੰ ਪ੍ਰੇਰਦਾ ਗਾ, ਸਿੱਖੀ ਨਾਲ ਜੋੜਦੇ ਹਨ। ਅਸੀਂ ਬਹੁਤ ਧੰਨਵਾਦ ਹਾਂ ਇਹਨਾਂ ਵੀਰਾਂ ਦਾ, ਧੰਨਵਾਦ ਕਰਦੇ ਹਾਂ, ਇਹਨਾਂ ਦਾ ਸਹਿਯੋਗ ਵੀ ਕਰਦੇ ਹਾਂ, ਬਹੁਤ ਵਧੀਆ ਉਪਰਾਲਾ ਕਰ ਰਹੇ। ਇਹ ਜੋ ਵਿਰਸਾ ਸੰਭਾਲ ਸਿੱਖ ਗੁਰਮਤ ਭੀਖੀ ਵੱਲੋਂ ਹਰ ਸਾਲ ਦੀ ਤਰ੍ਹਾਂ ਨਗਰ ਕੀਰਤਨ ਆਉਂਦਾ ਹੈ, ਸਾਡੇ ਇਲਾਕੇ ਦੇ ਵਿੱਚ ਆਇਆ, ਨਗਰ ਝੱਬਰ ਦੇ ਵਿੱਚ ਸਮੁੱਚੀਆਂ ਸੰਗਤਾਂ ਵੱਲੋਂ ਭਾਈ ਸਾਹਿਬ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਉਪਰਾਲਾ ਕਰਿਆ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜਨ ਦਾ, ਤਹੀਆ ਕਰਿਆ, ਬਾਕੀ ਬੱਚਿਆਂ ਨੂੰ ਗੁਰਮਤ ਦੀ ਵਿੱਦਿਆ ਦਿੰਦੇ ਨੇ, ਬਹੁਤ ਵਧੀਆ ਉਪਰਾਲਾ ਇਹਨਾਂ ਦਾ, ਬਹੁਤ ਵਧੀਆ ਸੰਸਥਾ ਚਲਾ ਰਹੇ ਨੇ ਸਾਡੇ ਇਲਾਕੇ ਦੇ ਵਿੱਚ। ਅਸੀਂ ਸਮੁੱਚੇ ਇਲਾਕੇ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਭਾਈ ਸਾਹਿਬ ਦਾ, ਭਾਈ ਹਰਜਿੰਦਰ ਸਿੰਘ ਦਾ। ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜੋ ਕਿ ਸਾਡੇ ਮਤਲਬ ਗੁਰੂ ਮਹਾਰਾਜ ਦੇ ਦਰਸ਼ਨ ਕਰਵਾਉਂਦੇ ਹਨ। ਜਿਵੇਂ ਆਪਾਂ ਦੇਖਦੇ ਹਾਂ ਪਿੰਡਾਂ ਦੇ ਵਿੱਚ ਕੋਈ ਟੂਰਨਾਮੈਂਟ ਹੁੰਦੇ ਆ ਜਾਂ ਕੋਈ ਹੋਰ ਸੱਭਿਆਚਾਰਕ ਪ੍ਰੋਗਰਾਮ, ਬਹੁਤ ਲੋਕ ਫੰਡ ਦਿੰਦੇ ਆ, ਪਰ ਜਿਹੜਾ ਸਿੱਖੀ ਦਾ ਪ੍ਰਚਾਰ ਕਰ ਰਹੇ ਆ ਇਹ ਲੋਕਾਂ ਨੂੰ ਜਿਹੜੇ ਸਹਿਯੋਗ ਬਹੁਤ ਘੱਟ ਮਿਲਿਆ, ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਅਤੇ ਸੰਗਤ ਨੂੰ ਕੀ ਅਪੀਲ ਕਰਨਾ ਚਾਹੋਗੇ? ਹਾਂਜੀ, ਇਹ ਮਤਲਬ ਚਾਹੀਦਾ ਲੋਕਾਂ ਨੂੰ ਵੀ ਇਸਦੇ ਬਦਲੇ ਵੀ ਮਤਲਬ ਜ਼ਿਆਦਾ ਤੋਂ ਸਭ ਤੋਂ ਵੱਧ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ ਵੀ ਲੋਕਾਂ ਨੂੰ, ਕਿ ਇਹ ਅਪੀਲ ਕਰਦੇ ਹਾਂ ਵੱਧ ਤੋਂ ਵੱਧ ਵੀ ਇਹਨਾਂ ਦਾ ਵੀ ਮਤਲਬ ਉਹਨਾਂ ਤੋਂ ਵੱਧ ਕੇ ਮਤਲਬ ਕਰਿਆ ਕਰਨ ਜੋ ਵੀ ਆਪਣਾ ਹੈਗਾ।
ਬੇਨਤੀ ਹੈ ਭਾਈ ਸਾਰੀ ਸੰਗਤ ਦਾ ਬਾਕੀ ਸਭ ਖਾਣਾ ਕਰਿਓ ਸਾਰੀ ਸੰਗਤ ਦਾ ਸਾਰੀ ਸੰਗਤ ਦਾ ਹੌਲੀ 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 ਜੀ ਹੌਲੀ ਸਾਰੀ ਸੰਗਤ ਦਾ ਬਾਕੀ ਸਭ ਹੌਲੀ ਕਰ ਲਿਓ ਸੋ ਬੇਨਤੀ ਹੈ ਭਾਈ ਸਾਰੀ ਸੰਗਤ ਨਾਲ ਚੱਲੋ ਜੀ ਆਪਣੇ ਮੋੜਾਂ ਵਾਲੇ ਅੱਡੇ ਤੇ ਪਹੁੰਚ ਚੁੱਕਿਆ ਹੈ ਇੱਕ ਦੋ ਮਿੰਟਾਂ ਦੇ ਵਿੱਚ ਗੁਰਦੁਆਰਾ ਸਾਹਿਬ ਵਿਖੇ ਪਹੁੰਚਣ ਵਾਲਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੀ ਵੀ ਸੰਗਤ ਸਵਾਗਤ ਵਾਸਤੇ ਪਹੁੰਚੀ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਇੰਦਰ ਜੀ ਮੰਗਤ ਰਾਜ ਜੀ ਆਪਣਾ ਗੁਰਦੀਪ ਸਿੰਘ ਬਾਬਾ ਮੋਰ ਜੀ ਨੂੰ ਜਾਣਾ ਇਹਨਾਂ ਨੇ ਉਦੋਂ ਬਾਅਦ ਮੈਂ ਤਾਂ ਹੀ ਨਹੀਂ ਦੇ ਰਿਹਾ ਇਹਨਾਂ ਨੂੰ ਨਹੀਂ ਨਹੀਂ ਉਦੋਂ ਬਾਅਦ ਵਾਪਸ ਆਉਣੇ ਨੂੰ ਬਾਬਾ ਰਾਮ ਸਾਹਿਬ ਜਿਵੇਂ ਕਹੇ ਥੋੜ੍ਹੇ ਟਾਈਮ ਬਾਅਦ ਮੈਂ ਸੋਚ ਰਿਹਾ ਮੈਂ ਫਿਰ ਜਾਣਗੇ ਬਾਬਾ ਰਾਮ ਸਿੰਘ ਜੀ ਬਾਬਾ ਜੀ ਆ ਦੇਖੋ ਕੰਮ ਨਾ ਕਰੋ ਛੋਟੀ ਘਾਟ ਬੋਲੇ ਬਾਬਾ ਰਾਜਵਿੰਦਰ ਸਿੰਘ ਜੀ ਮੋਰ ਇਹਨਾਂ ਨੇ ਤਰਕੇ ਤੋਂ ਲੈ ਕੇ ਚਲੋ ਜੀ
खर्चे ने इन्हों की पढ़ाई से इन्हों शस्त्रा से बड़ा खर्चा होंगे भाई इन्हों के आन जाने के साधनों से भी बहुत खर्चा होंगे सो भाई ये कोई आम कार्ज नहीं आपां नूं इकल्ला अपना परिवार चलाना औखा हो जाता है इदां कई परिवारों के बच्चों परिवारों सोधन का कार्ज अपने मोढ़ियां ते जिम्मेवारी लै चुके हैं इन्हों बच्चों की वध तो वध सहयोग पाओ भाई आने वाले समय के साडे बच्चे अपने हकों की राखी के लिए सारिया गड्डिया वाले दिनों बेनती है भाई गड्डिया के नेड़े लगो हमने तुर पानी दबा के सारी संगत प्रबंधकों का जिन्होंने सरपंच साहब का प्रधान जी का गुरुद्वारा प्रबंध कमेटी का जिन्होंने सहयोग दिता स्वागत किया बेनती है पहले मारो जी ट्रैक्टर सिंह बेनती है चलो जी तेज चल रही है भाई के रोड तो थले रहो थोड़ा जिहा बेनती है हाथ जोड़ के अपन गड्डिया ने जड़िया वह भी रोड तो थले लाओ भाई एक भाई रंगत को बेनती है भी सड़क ते ना आवे हलो 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 सो भाई सारी संगत को बेनती है जो सड़क से घूम रहे हैं ट्रैफिक बिगड़ ट्रैफिक निजमों के बिगड़ पैदा भाई वो थले उतर जाओ लंगर छक लो सारिया संगत सो नाल ही असं बेनती करते हाँ वाहगुरु जी का खालसा वाहगुरु जी की फतेह बहुत बहुत धन्यवाद है श्री मान श्री अकाल वाहगुरु जी बेनती है सारी सत्रों के मानसा साहब दंगतों इस संगत वास्ते समोसे और चाह का लंगर तैयार है सारिया संगत थोड़ी तकाई के नाल छको अपने को 5-10 मिनट है किसी ने काली नहीं करनी बड़े सत्कार आदर नाल जिमें गुरु तैयार है ये गुरु संगत तैयार की कृपा करके सारी संगत बड़े ख्याल के नाल टका के नाल टकन भी जरूर कर लियो
परम सत्कारयोग समूह संगत पहला फतेह प्रवान करो। वाहेगुरू जी का खालसा वाहेगुरू जी की फतेह। फतेह तो उपरंत अज बड़ी साढ़े मानसा शहर निवासियों की सिख संगत बड़ा खुशी का दिहाड़ा है कि श्री गुरु नानक देव जी के अवतार दिहाड़े को मुख रख के भिखी तो हर साल की तरह दमदमा साहब तक एक विरसा संभाल संस्था भिखी वालों हर साल जो नगर कीर्तन किया जा रहा है वो अज मानसा शहर के पहुंचा। असं सारिया संगत सारिया ही समाज सेवा सोसायटिया गुरद्वारा साहबाना के प्रबंधक अज इतें आके उन्होंने स्वागत किया। नाल ही उन्होंने जो एक तहिया किया कि जो काले कानून भारत सरकार वालों बनाए गए ने किसानों के विरोध वो असी भी इन्हों यकीन दवाने कि जो भी ये साड़ी ड्यूटी रहनगे वो असी हाजिर होकर वो काले कानून का विरोध जिस तरह भी चाहोंगे असी करांगे। धन्यवाद। वाहेगुरू जी का खालसा वाहेगुरू जी की नगर की तंदियां हट गई ने बेनती है भाई वहीकलों वाले ड्राइवरों आप अपने वहीकलों की रहो स्टार्ट रखो चलो अपने बोले सोनिहाल बोले सोनिहाल बोले सोनिहाल श्री अकाल हो गए जी।
बोले श्री भगवती जी सहाय वार श्री भगवती जी की पातशाह भगवती जी मृत गुरु नानक लिंग आए फिरंग दुगुर ते अमरदास रामदास सिंह हुई सहाय अर्जुन हर गोबिंद रूप सिंह श्री हर राय श्री हर कृष्ण त्याईया जिस डिठा सब दुख जाए तेग बहादुर सिमरय करना उन्हें दया वह ताए सब थाई होए सहाय दसवा पातशाह श्री गुरु गोबिंद सिंह साहब जी सब थाई होए सहाय दसा पातशाहियां दी जोत श्री गुरु ग्रंथ साहिब दे पाठ दीदार दे अंतर के बोलो जी माणिया दे मान ताणे दे तां जोटियां दी ओट धन धन साहिब श्री गुरु गोबिंद सिंह महाराज धन धन साहिब श्री गुरु ग्रंथ साहिब महाराज जी आप जी पावन चरणां पा अरदास बेनती है सतगुरु जीओ आप जी की अपार कृपा मेहरानता सदका विरसा संभाल गुरमत प्रचार सेवा सोसायटी वालों सतगुरु जी धन धन साहब श्री गुरु नानक देव महाराज जी महान प्रकाश गुरपुरब न मुख रखद अमृत वेले तो लैके धन गुरु ग्रंथ साहब महाराज जी आप जी छत्र छाया के हेठ पंज पैरों की अगवाई के महान चेतना मार्च की रवत की बख बख नगर शहर कस्बा पिंडों हुंदा है सतगुरु जी चेतना मार्च तख श्री दमदमा साहब की पावन धरती से पहुंचा सतगुरु इस वेले आप जी के मान सिंह का मान सम्मान किया गया कमर कछे खोले गए हैं सतगुरु जी इस वेले पावन स्वरूप न पालकी साहब तो निजी स्थाना वाल जाने अरदास बेनती है कृपा करो आप जी आग्या बख्शो सतगुरु जी कृपा करनी रस्ते पिंड आप जी पावन हजूरी अंदर विचरद सेवा सिमरन करद रस्ता पै तय करद सतगुरु हुई भुला गलतियां गुनाश तारने अगाम वास्ते समत प्रदान करनी सभना का गाव्या सुनिया थाए पाना सतगुरु जी सास मनोरथ लैके सेवकों वालों आप जी के पावन चरण कमलों का ओटा सराह लै गया सतगुरु जी कृपा करें सेवकों दुभ भावनावान गुरमत अनुसार संपूर्ण करनिया सभना का चलिया कदम कदम लेखे विचना सभना द्रव करो सिखी सिद्ध भरोसा नाम दिया दातां देख निवाजना इसे तरह गुरमत का प्रचार से प्रसार करने की बल बुद्धि समर्था देख निवाजना करो कृपा जी आप जी पालकी साहब से निजी स्थान वाले चले पाउन की आग्या बख्शो सुख होवे नाम चेतावे वाहेगुरु जी का खालसा बोले सोनिहा वाहेगुरु जी का खालसा मनु पावे शीश नमावे फते पावे निहाल लवे वाला साथ Satnam Vaheguru 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 Satnam Vahe
ਸੁਖ ਮਾਇਆ ਸਾਧਿਓ ਜਿਨੈ ਵਿਕਾਰ ਕਰਤ ਜਨਮ ਪਾਇਓ ਨੈਣੀ ਨੀਂਦ ਤੁਮ ਰੜਾਇਓ ਹਰ ਵਿਚਰ ਤੋਂ ਹੋਵਤੇ ਹਾਲ ਕਰਨ ਸੁਖਾ ਪੁਰਖ ਦਇਆਲ ਸਲੋਕ ਚਾਰ ਫੁੰਟ ਚੌਦਹ ਹੈ ਭਵਨ ਸਗਲ ਪਿਆਪ ਰਾਮ ਨਾਨਕ ਉਹਨਾਂ ਦੇ ਕੀ ਹੈ ਪੂਰਨਤਾ ਕੇ ਕਾਮ ਪੌੜੀ ਚੌਦਹ ਚਾਰ ਬਾਬਾ ਇਹਨਾਂ ਵਾਲੀ ਇੱਕ ਤਸਰਪਾ ਆ ਬਾਈ
नगारे तेरे जी। वाहिगुरु जी का खालसा वाहिगुरु जी की फतेह। ये जिहड़ा सालाना मार्च धन धन सतगुरु श्री गुरु नानक देव महाराज जी के पावन आगमन गुरपुरब को मुख रखते हुए जी संस्था वालों हर साल ही यह समागम किया जाता है। तो गुरु नानक साहब जी का पावन प्रकाश पुरब असी संगतां विरसा संभाल ग्रंथ प्रचार सुसायटी समूह रल मिल के संगतां नाल मना रही है। इसलिए अज का प्रोग्राम तख्त श्री दमदमा साहब तक भिखी तो लैके रखा गया सी इतना मार्च सालाना। एक जिहड़ा तुसीं बहुत सारे मुकाबले करवाने गुरबाणी कंठ मुकाबले तुहानूं किन्ना कु संगतां वालों सहयोग? जी बिल्कुल, बहुत सारिया संगतों वालों सहयोग मिलता भी है, पर सच जाने सहयोग जिमें कहते हैं भी उस तरह का नहीं मिलता जिमें आप कह दें, पर फिलहाल जिहड़ा साडा भावना है बच्चों सिक्खी नाल जोड़न की वह साडी 100% पूरी हो रही है। बहुत सारे बच्चे गुरबाणी कंठ मुकाबलों नाल जुड़ के लंबे केस मुकाबलों नाल जुड़ के जां दस्तार मुकाबलों नाल जुड़ के जिहड़ा सिक्खी वाल बहुत प्रेरित हो रहे हैं जी। जिहड़ा तुसीं ये प्रोग्राम करवाने हो समागम करवाने हो कितें कोई श्रोमणी कमेटी की चोण लड़न का तो नहीं है? बिल फिलहाल जो संस्था के कार्य ने जिन्हें वो सिखी का प्रचार ही है, पर आने वाले समय में जे गुरु साहब कृपा करते हैं संगत नवाजती है तो असी ना भी नहीं कर सकते, क्योंकि संगत की मर्जी है। बहुत सारी संगत संस्था नाल जुड़ चुकी है, जे संस्था की मर्जी हुई, संगत की मर्जी हुई, भावना हुई, गुरु साहब की कोई कृपा हुई तो जरूर हो सकता आने वाले समय में संस्था कोई भी इस तरह की गलबात हो सकती है। SCPC की आने वाली चोन के कोई नुमाइंदा संस्था उठ सकते हैं। एक असी सुनया सी जिहड़ा विरसा संभाल सोसायटी किसानों के मजदूरों के हक में भी अगे आई है, वो बारे की? बिल्कुल जी बिल्कुल, क्योंकि जिहड़ी संस्था है संस्था किसी एक धिरे की नहीं हैगी, एक धिर की नहीं है, ये सर्वसांझी संस्था है। ये हर एक तरह के गुरमुख प्यारे जिहड़े हर एक धर्म के भी जुड़े हुए हैं, सिख धर्म के तो है ही। तो ये संस्था कल्ले धर्म का प्रचार लई नहीं, लोक भलाई के कार्यों लई भी है। जिथे साडे कह दिए किसानों बहुत सारिया दिक्कत आदियां ने, सरकार वालों जिहड़े काले कानून, तीन काले कानून बिल पास किए गए हैं, उन्हों का भी शुरू तो ही विरोध किया, तो हूँ भी विरोध कर रही है। ये कोई दूजी राय नहीं, हर थान पर भावें मजदूर ने किसान ने कोई भी जिहड़ा हैगा अपने दुख दिक्कत आँदी है उन्हें हर हाल खड़ी है संस्था खड़ी। रूपरेखा की होगी जो तुम अगर संघर्ष के आओगे थोड़ी सोसायटी वालों की रूपरेखा होगी प्रदर्शन? देखो जी रूपरेखा यही है, फिलहाल असी जिहड़ा जिहड़ियां किसान जथेबंदियां अगे लगिया हुई ने, क्योंकि किसान जथेबंदियां तो अलग तो साडी रूपरेखा कोई नहीं है। किसान जथेबंदियां नूं साथ देना साडी रूपरेखा है, उन्हां दे जिवें भी प्रोग्राम लिखे ने उन्हां दे नाल नाल चलना, उन्हां दे नाल एकता रूप होकर चलना साडी रूपरेखा है। फिलहाल साडा अपने वालों कोई वड्डा जिहड़ा कोई ऐलान नहीं, कोई वड्डा प्रोग्राम नहीं है। ਇਹ ਕਿਹੜਾ ਮਾਰਚ ਦੇ ਵਿੱਚ ਮਹਾ ਮੁਕਾਬਲਾ ਕਰਵਾਇਆ ਜਾ ਰਿਹਾ ਵਿਦਿਆਰਥੀਆਂ ਦਾ, ਉਹਦੇ ਬਾਰੇ ਜਾਣਨਾ? ਹਾਂ ਉਹ ਜਿਹੜਾ 21 ਮਾਰਚ ਨੂੰ 2021 ਨੂੰ ਹੋ ਰਿਹਾ ਪ੍ਰੋਗਰਾਮ, ਉਹਦੇ ਵਿੱਚ ਕਰੀਬਨ 200 ਪਿੰਡਾਂ ਤੋਂ ਵੱਧ ਪਿੰਡਾਂ ਦੇ ਬੱਚਿਆਂ ਨੇ ਮੁਕਾਬਲੇ ਵਿੱਚ ਭਾਗ ਲੈਣਾ, ਜਿਹਦੇ ਵਿੱਚ ਕਰੀਬਨ 5 ਤੋਂ 7 ਲੱਖ ਰੁਪਏ ਦੇ ਇਨਾਮ ਬੱਚਿਆਂ ਨੂੰ ਦਿੱਤੇ ਜਾਣੇ ਆ, ਬੁਲਟ ਮੋਟਰਸਾਈਕਲ ਵੀ ਦਿੱਤੇ ਜਾਣੇ ਆ। ਉਹ ਸਾਰਾ ਪ੍ਰੋਗਰਾਮ ਜਿਹੜਾ ਸੰਗਤ ਦੇ ਸਹਿਯੋਗ ਨਾਲ ਹੋ ਰਿਹਾ, ਬਸ ਉਹਦਾ ਮੇਨ ਜਿਹੜਾ ਸਾਨੂੰ ਹੈ ਉਹ ਇੱਕੋ ਹੀ ਆ ਵੀ ਬੱਚੇ ਸਿੱਖੀ ਨਾਲ ਜੁੜਨ, ਉਹ ਪ੍ਰੋਗਰਾਮ ਸਾਰਾ ਸਿੱਖੀ ਨਾਲ ਜੋੜਨ ਵਾਸਤੇ ਬੱਚਿਆਂ ਨੂੰ ਕਰਵਾ ਰਹੇ ਹਾਂ ਜੀ ਆਉਣ ਵਾਲੇ ਸਾਲ ਦੇ ਵਿੱਚ। ਜਿਹੜਾ ਅੱਜ ਮਾਰਚ ਹੋਇਆ ਸੀ ਇਹ ਤੁਹਾਡਾ ਕੀ ਰੂਟ ਕਿਹੜਾ ਸੀਗਾ? ਸਾਡਾ ਇੱਥੋਂ ਭਿੱਖੀ ਤੋਂ ਚੱਲ ਕੇ ਜੀ ਸਮਾਓ, ਛੋਟਾ ਵੱਡਾ ਆਤਲਾ, ਅਲੀ ਸ਼ੇਰ ਖੁਰਦ, ਅਲੀ ਸ਼ੇਰ ਕਲਾਂ, ਮਾਖਾ ਚਹਿਲਾਂ ਪਿੰਡ ਹੁੰਦਾ ਹੋਇਆ, ਰੱਲਾ, ਜੋਗਾ, ਜਿਹੜਾ ਸਾਡਾ ਖਾਸ ਕਰਕੇ ਜੋਗਾ ਹਲਕਾ ਵੀ ਸਾਨੂੰ ਸ਼੍ਰੋਮਣੀ ਕਮੇਟੀ ਪੈਂਦਾ, ਅਤੇ ਜੋਗੇ ਤੋਂ ਹੋ ਕੇ ਪਿੰਡ ਬੁਰਜ ਝੱਬਰ ਅਤੇ ਬੁਰਜ ਢਿੱਲਵਾਂ, ਉੱਭਾ, ਤਾਮਕੋਟ, ਉੱਭੇ ਤੋਂ ਉੱਭਾ ਹੋ ਕੇ ਉੱਭੇ ਤੋਂ ਭੈਣੀ ਵਾਘਾ, ਠੂਠਿਆਂ ਵਾਲੀ ਮਾਨਸਾ ਤੋਂ ਤਖ਼ਤ ਸ਼੍ਰੀ ਦਮਦਮਾ ਸਾਹਿਬ, ਬਹੁਤ ਸਾਰੇ ਨਗਰਾਂ ਵਿੱਚੋਂ ਹੋਇਆ। ਅਤੇ ਵੱਡੀ ਗੱਲ ਇਹ ਹੈ ਵੀ ਇਹ ਜਿਹੜਾ ਪ੍ਰੋਗਰਾਮ ਅੱਜ ਦਾ ਹੋਇਆ, ਜਿੰਨਾ ਕੁ ਸੰਗਤਾਂ ਨੇ ਸਹਿਯੋਗ ਸ਼ਾਇਦ ਅੱਜ ਦਿੱਤਾ ਅਤੇ ਸੰਗਤਾਂ ਨੇ ਪਿਆਰ ਦਿੱਤਾ, ਸ਼ਾਇਦ ਹੋਰ ਕਿਸੇ ਪ੍ਰੋਗਰਾਮ ਵਿੱਚ ਅਸੀਂ ਨਹੀਂ ਕਹਿ ਸਕਦੇ, ਕਿਉਂਕਿ ਬਹੁਤ ਸਾਰਾ ਪਿਆਰ ਸੰਗਤਾਂ ਵੱਲੋਂ, ਲੰਗਰਾਂ ਦੀ ਕੋਈ ਘਾਟ ਨਹੀਂ ਛੱਡੀ ਗਈ, ਸਹਿਯੋਗ ਦੀ ਸੰਗਤਾਂ ਨੇ ਆਪ ਨਾਲ ਚੱਲ ਕੇ ਪਾਲਕੀ ਸਾਹਿਬ ਦੇ ਪ੍ਰਕਰਮਾਂ ਹਰ ਇੱਕ ਨਗਰ ਦੀਆਂ ਕੀਤੀਆਂ ਨੇ, ਉਹਦੇ ਲਈ ਅਸੀਂ ਰਹਿਣੀ ਵੀ ਹਾਂ, ਧੰਨਵਾਦ ਵੀ ਕਰਦੇ ਹਾਂ, ਬਹੁਤ ਸਾਰਾ ਸਹਿਯੋਗ ਸਾਨੂੰ ਮਿਲਿਆ ਜੀ। ਤੁਸੀਂ ਸੋਸਾਇਟੀ ਵੱਲੋਂ ਬਹੁਤ ਕਾਰਜ ਕਰ ਰਹੇ ਹੋ ਜੀ, ਉਹਨਾਂ ਨੂੰ ਲੈ ਕੇ ਤੁਸੀਂ ਸੰਗਤਾਂ ਨੂੰ ਕੀ ਅਪੀਲ ਕਰਨਾ? ਅਪੀਲ ਇਹੋ ਹੀ ਹੈ ਵੀ ਭਾਵੇਂ ਵਿਰਸਾ ਸੰਭਾਲ ਗੁਰਮਤਿ ਪ੍ਰਚਾਰ ਸੁਸਾਇਟੀ ਹੈ,
ਭਾਵੇਂ ਇਦਾਂ ਦੀਆਂ ਹੋਰ ਕੋਈ ਵੀ ਜਿਹੜੀਆਂ ਸੰਸਥਾਵਾਂ ਨੇ, ਕੋਈ ਵੀ ਜਿਹੜੀ ਸਿੱਖੀ ਪ੍ਰਚਾਰ ਦਾ, ਸਮਾਜ ਭਲਾਈ ਦਾ ਜਾਂ ਲੋਕ ਭਲਾਈ ਦਾ ਕਾਰਜ ਕਰਦੇ ਆ, ਮਨੁੱਖਤਾ ਦੇ ਨਾਲ ਰਿਲੇਟਡ ਕੋਈ ਵੀ ਵਧੀਆ ਕਾਰਜ ਕਰਦੇ ਆ, ਉਹਨਾਂ ਦਾ ਸਾਨੂੰ ਸਾਥ ਦੇਣਾ ਚਾਹੀਦਾ। ਉਹਨਾਂ ਨਾਲ ਇੱਕ ਧਿਰ ਬਣ ਕੇ, ਉਹਨਾਂ ਦੇ ਨਾਲ ਬਰੋਬਰ ਬਾਹ ਨਾਲ ਬਾਹ ਬਣ ਕੇ ਚੱਲਣਾ ਚਾਹੀਦਾ, ਖੱਬੀ ਸੱਜੀ ਬਾਹ ਬਣ ਕੇ ਉਹਨਾਂ ਦੇ ਕੰਮ ਕਰਨੇ ਚਾਹੀਦੇ ਨਾਲ, ਕਿਉਂਕਿ ਇਹ ਇੱਕ ਜਿਹੜੀਆਂ ਸੰਸਥਾਵਾਂ ਹੁੰਦੀਆਂ ਨੇ ਤੁਹਾਡੇ ਸੰਗਤ ਦੇ ਸਹਿਯੋਗ ਦੇ ਨਾਲ ਹੀ ਚੱਲਦੀਆਂ ਨੇ, ਉਹ ਭਾਵੇਂ ਤੁਹਾਡਾ ਮਨ ਕਰਕੇ ਹੋਵੇ, ਤਨ ਕਰਕੇ ਹੋਵੇ, ਧਨ ਕਰਕੇ ਹੋਵੇ। ਇਹ ਜਿਹੜੀ ਵੱਡੀ ਗੱਲ ਇਹ ਸਾਡੀ ਸੰਸਥਾ ਦੇ ਵਿੱਚ ਇਹ ਹੈ, ਬਿਲਕੁਲ ਪਾਰਦਰਸ਼ੀ ਸੰਸਥਾ ਹੈ, ਇਹਦੇ ਵਿੱਚ ਕੋਈ ਨਾ ਛੋਟਾ ਨਾ ਵੱਡਾ ਨਾ ਅਹੁਦੇਦਾਰ, ਕਿਉਂਕਿ ਸਾਰੇ ਇੱਕੋ ਹੀ ਨੇ, ਸਾਰੇ ਇੱਥੇ ਸੇਵਾਦਾਰ ਨੇ, ਸਾਰੇ ਗੁਰਮੁਖ ਪਿਆਰੇ ਨੇ, ਸਾਰੇ ਪ੍ਰਚਾਰਕ ਨੇ। ਬਸ ਇਹਦਾ ਇੱਕੋ ਹੀ ਆ ਵੀ ਕਿਸੇ ਨਾ ਕਿਸੇ ਢੰਗ ਤਰੀਕੇ ਨਾਲ ਸਾਡਾ ਧਰਮ ਦਾ ਪ੍ਰਚਾਰ ਹੋਵੇ, ਨਾਲ ਨਾਲ ਸਾਡੀ ਸਾਰੀ ਮਨੁੱਖਤਾ ਇੱਕ ਥਾਂ 'ਤੇ ਆਣ ਕੇ ਬੈਠੇ। ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ। ਵਾਹਿਗੁਰੂ ਜੀ ਕਾ ਖਾਲਸਾ, ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ।